ਬਠਿੰਡਾ ਵਿਖੇ ਚੋਣ ਪ੍ਰਚਾਰ ਕਰਨ ਗਏ ਰਾਜਾ ਵੜਿੰਗ ਦੀ ਰੈਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਹੋ ਗਿਆ। ਦਰਅਸਲ ਇੱਕ ਔਰਤ ਨੇ ਉਹਨਾਂ ਨੂੰ ਕਾਂਗਰਸ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸੰਬੰਧੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਸ ਦਾ ਰਾਜਾ ਵੜਿੰਗ ਕੋਈ ਉੱਤਰ ਨਾ ਦੇ ਸਕੇ ਅਤੇ ਉਹਨਾਂ ਨੂੰ ਰੈਲੀ ਵਿੱਚ ਛੱਡ ਕੇ ਹੀ ਉੱਥੋਂ ਜਾਣਾ ਪੈ ਗਿਆ। ਇੱਕ ਰੁਪਇਆ ਕਦੇ ਮਾਫ ਨਹੀਂ ਕੀਤਾ, ਜੇ ਕੀਤਾ ਤਾਂ ਕੋਈ ਹੱਥ ਖੜਾ ਕਰਕੇ ਦੇ ਦਿਓ, ਕਹਿ ਦਿਓ। ਚਲੋ ਬਾਈ, ਤੁਹਾਡਾ ਸਾਰਿਆਂ ਦਾ ਕੋਟਨ ਬਾਈ ਜੀ, ਤੁਸੀਂ ਭਰਾ ਮੇਰੇ ਹੋ, ਤੁਹਾਡਾ ਧੰਨਵਾਦ। ਮੈਂ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ, ਮੇਰੇ ਬਾਰੇ ਪਿੰਡ ਦੇ ਲੋਕਾਂ ਨੂੰ ਪੁੱਛ ਲਓ, ਮੇਰੇ ਬਾਰੇ ਗਿੱਦੜਵੇ ਦੇ ਲੋਕਾਂ ਨੂੰ ਪੁੱਛ ਲਓ, ਜੋ ਗਿੱਦੜਵੇ ਦੇ ਲੋਕ ਕਹਿਣ ਫੇਰ ਕਰਕੇ ਮੈਨੂੰ ਵੋਟਾਂ ਪਾਓ। ਤੁਸੀਂ ਆਪਦਾ ਕੋਈ ਗੱਲ ਨੀ ਯਾਰ ਬਾਈ, ਕੋਈ ਗੱਲ ਨੀ, ਸੰਤੁਲਨ ਨਾ ਗਵਾਓ ਬਾਈ, ਲੜਨਾ ਨੀ। ਜਿਹੜਾ ਸਵਾਲ ਪੁੱਛੇਗੀ ਤਾਂ ਮੈਂ ਪਹਿਲਾਂ ਸੁਣ ਲਾ ਗੱਲ, ਪੰਜ ਤਿੰਨਾਂ ਤੋਂ ਪੰਜ ਹੋ ਗਈ, 15 ਤੋਂ ਤੂੰ ਪਹਿਲਾਂ ਲੈ ਗਈ, ਪਰ ਮੇਰੀ ਮੈਂ ਤੈਨੂੰ ਹਰ ਗੱਲ ਦਾ ਜਵਾਬ ਦੇ ਦੂੰਗਾ, ਪਰ ਉਸ ਤੋਂ ਬਾਅਦ ਮੈਂ ਦੁਬਾਰੇ ਜਵਾਬ ਨਹੀਂ ਦੇਣਾ, ਕਿਉਂਕਿ ਫਿਰ ਮੇਰਾ 1.5 ਘੰਟਾ ਤੇਰੇ ਨਾਲ ਹੀ ਚੱਲੂਗਾ। ਮੈਂ ਮੇਰੀ ਭੈਣ ਕਿਸੇ ਦਿਨ ਮੈਂ ਇਕੱਲਾ ਆ ਜਾਊਂਗਾ, ਜਿੰਨੇ ਮਰਜ਼ੀ ਸਵਾਲ ਕਰ ਲਈ, ਹੁਣ ਜਿਹੜੇ ਤੂੰ ਮੇਰੇ ਸਵਾਲ ਕੀਤੇ ਮੈਂ ਜਵਾਬ ਦੇ ਦਿੰਦਾ, ਇਹ ਤੋਂ ਬਾਅਦ ਕੋਈ ਸਵਾਲ ਨਹੀਂ ਨਾ, ਜਿਹੜੇ ਤੂੰ ਮੰਗੇ ਮੈਂ ਦੱਸ ਦੂੰਗਾ। ਅੱਲ ਮੇਰੀ ਭੈਣ ਫੜ, ਜੱਸੀ ਸਾਹਿਬ ਨੂੰ ਬੇਨਤੀ ਹੈ ਕਿ ਜਿਹੜਾ ਮੋਰ ਬੰਬ ਬਹੁਤ ਹੀ ਸਤਿਕਾਰ ਜੋ ਬਾਈ, ਮੇਰੀ ਗੱਲ ਸੁਣੋ, ਇੱਕ ਤਾਂ ਆਹ ਬੰਦਿਆਂ ਨੂੰ ਮੇਰੀ ਅੱਜ, ਇੱਕ ਮਿੰਟ ਯਾਰ, ਤੁਸੀਂ ਪਹਿਲਾਂ ਤਾਂ ਗਲਤ ਕੰਮ ਕੀਤਾ, ਹੁਣ ਤੁਸੀਂ 2 ਮਿੰਟ ਅਗਲੀ ਨੂੰ ਬਾਬਾ ਜੀ ਐ ਤਾਂ ਇੱਕ ਇਕੱਲਾ ਵਧ, ਇੱਕ ਮਿੰਟ ਬਾਬਾ ਯਾਰ, ਬਾਪੂ ਜੇ ਮੈਂ ਤੇਰੇ ਨਾਲ ਧੱਕਾ ਕਿਤੇ ਮੇਰੀ ਕੋਠੀ ਕਿਉਂ ਨੀ ਆਇਆ, ਇੱਥੇ ਆ ਕੇ ਕਿਉਂ ਖੜਨ ਪਾਉਣੇ, ਤੈਨੂੰ ਬਾਦਲ ਨੇ ਸਮਝਾਇਆ, ਕਮਾਲ ਹੋ ਗਈ ਤੇਰੇ ਵਾਲੀ, ਫਿਰ ਮੈਂ ਤੈਨੂੰ ਤੰਗ ਕੀਤਾ। ਜਿਵੇਂ ਆਪਣੇ ਥੀਮ ਹੈ ਉਵੇਂ ਮਰਵਾਨਾ ਨਾਲ ਦਾ ਨਸ਼ਾ ਹੈ, ਉਹਨਾਂ ਨੇ ਹੁਣ ਲੀਗਲ ਕਰਤਾ ਉਹ ਨਸ਼ਾ, ਆਪਦੇ ਮੁੰਡਿਆਂ ਨੂੰ ਪੁੱਛ ਲਿਓ, ਕਿਉਂਕਿ ਉਹ ਬੰਦ ਨਹੀਂ ਹੋ ਰਿਹਾ ਸੀ, ਪੂਰੀ ਬਲੈਕ ਬਹੁਤ ਹੋ ਰਹੀ ਸੀ, ਸਮਗਲਿੰਗ ਹੋ ਰਹੀ ਸੀ, ਉਹਨਾਂ ਨੇ ਉਹ ਨਸ਼ਾ ਲੀਗਲ ਕਰਤਾ, ਮਰਵਾਨਾ ਉਹਨੂੰ ਕਹਿੰਦੇ ਹੈ, ਪਤਾ ਕਰ ਲਿਓ। ਸੋ ਅਸੀਂ ਨਸ਼ੇ ਦਾ ਲੱਖ ਤੋੜਨ ਦਾ ਜਿਹੜਾ ਕੰਮ ਕੀਤਾ, ਜਿਹੜਾ ਕਿਸਾਨ ਹੈ ਅਸੀਂ ਕੀ ਕੀਤਾ, ਤੁਸੀਂ ਇਸ ਪਿੰਡ ਦੀ ਵਸਨੀਕ ਹੋ, ਸਾਡੀ ਭੈਣ ਹੈ ਵੱਡੀ, ਹੱਕ ਤੁਸੀਂ ਪਹਿਲਾਂ ਕਿਹਾ ਸੀ ਮੈਂ 2 ਮਿੰਟ, ਫਿਰ 3 ਮਿੰਟ, ਫਿਰ 4 ਮਿੰਟ, ਫਿਰ ਤੁਸੀਂ ਮੈਨੂੰ ਸਵਾਲ ਪੁੱਛੇ, ਇੱਕ ਮਿੰਟ ਸੁਣਤਾ ਲੈ ਬੀਬੀ ਜੀ, ਅਸੀਂ ਤੇ 18 ਪਿੰਡ ਕੱਢਣੇ ਆ ਮੈਂ, ਬਾਈ ਜੀ ਅਗਲੇ ਬਹਿ ਜਾਓ ਮਾੜਾ ਜਿਹਾ, ਕੋਈ ਨੀ ਠੰਡ ਰੱਖੋ, ਆ ਪੁਲਿਸ ਆ ਪੱਤਰਕਾਰ ਬਾਈ ਮਾੜੇ ਜੇ ਪਰਾਂ ਨੂੰ ਹੋ ਜਾਓ, ਜਿਹੜੇ ਕਿਸਾਨ ਹੈ ਕਿਸਾਨ ਦੇ ਝੋਨਾ ਸੀ ਭੈਣ ਜੀ, ਅਸੀਂ 2 ਫਸਲਾਂ ਭੈਣ ਜੀ ਸਾਡੇ ਰਾਜ ਚ ਆਈਆਂ, ਕਿਸਾਨ ਮੰਡੀਆਂ ਚ ਰੁਲਦਾ ਹੁੰਦਾ ਸੀ ਭੈਣ ਜੀ, ਕਿਸਾਨ ਮੰਡੀਆਂ ਚ ਰੁਲਦਾ ਹੁੰਦਾ ਸੀ, ਇਹਦੀ ਪੈਰੇ ਸੁਣ ਪਹਿਲਾਂ ਗੱਲ, ਇੱਕ ਮਿੰਟ ਪਹਿਲਾਂ ਨਹੀਂ, ਜਾਂ ਤਾਂ ਮੇਰੇ ਜਵਾਬ ਲੈ ਲਾ ਫਿਰ ਬੋਲ, ਕਿਸਾਨ ਦਾ 2 ਵਾਰੀ ਝੋਨਾ ਅਸੀਂ ਚੱਕਿਆ ਤੇ ਮੰਡੀ ਚ ਰੁਲਣ ਨਹੀਂ ਦਿੱਤਾ, ਬਾਦਲ ਦੇ ਰਾਜ ਦੇ ਵਿੱਚ ਝੋਨੇ ਦੀ ਕਾਟ ਵੀ ਲੱਗਦੀ ਰਹੀ ਤੇ ਮੰਡੀਆਂ ਚ ਝੋਨਾ ਵੀ ਰਲਦਾ ਰਿਹਾ, ਤੇ ਕਣਕ ਵੀ, ਜਿਹੜੀ ਕਣਕ ਅੱਜ ਰੁਲ ਰਹੀ ਹੈ ਬਾਈ, ਕੇਂਦਰ ਸਰਕਾਰ ਕਣਕ ਖਰੀਦਦੀ ਹੈ, ਅਸੀਂ ਨਹੀਂ ਖਰੀਦਦੇ, ਇਹ ਪੋਲੀਟੀਕਲ ਬੰਦੇ ਹੈ। ਸੋ ਉੱਤੇ ਨਰਿੰਦਰ ਮੋਦੀ ਨੂੰ ਪਤਾ ਕਿ ਅੱਜ ਕਾਂਗਰਸ ਪਾਰਟੀ ਦਾ ਜਿੱਥੇ ਜਿੱਥੇ ਰਾਜ ਹੈ, ਥੋੜਾ ਜਿਹਾ ਬਾਦਲ ਵਾਲਿਆਂ ਨੇ ਵੀ ਇਸ਼ਾਰਾ ਕੀਤਾ, ਪਿਛਲੀ ਵਾਰੀ ਕਣਕ ਵਧੀਆ ਚੱਕੀ ਹੈ, ਉਦੋਂ ਪਿਛਲੀ ਵਾਰੀ ਝੋਨਾ ਵਧੀਆ ਚੱਕਿਆ, ਉਹਨਾਂ ਨੇ ਕਿਹਾ ਕਿ ਚੰਗਾ ਮੁੱਦਾ ਹੈ, ਇਹਨਾਂ ਨੂੰ ਬਾਰਦਾਨਾ ਨਾ ਦਿਓ ਤਾਂ ਜੋ ਪੰਜਾਬ ਦੇ ਅੰਦਰ ਇਹ ਕਣਕ ਨਾ ਚੱਕਣ ਦਾ ਮੁੱਦਾ ਬਣੇਗਾ ਤੇ ਲੋਕ ਕਹਿਣਗੇ ਮੰਡੀ ਚ ਫਸਲ ਰੁਲ ਰਹੀ ਹੈ। ਸੋ ਤੀਜਾ ਇਹ ਕੰਮ ਹੈ ਮੇਰੀਏ ਭੈਣੇ, ਸ਼ਗਨ ਸਕੀਮ ਦਾ ਸਾਡੇ ਨਾਲ ਗੱਲ ਕਰ ਲੈ, ਸਾਡੇ ਮਾਂ 3 ਸਾਲ ਹੋ ਗਏ ਤੈਨੂੰ ਪਏ ਨੂੰ, ਹਾਂ ਅਸੀਂ ਆਪਣੇ ਸਾਹਮਣੇ ਤੇਰੇ ਕੋਈ ਸਮਾਨ
ਹੋ ਤੁਹਾਡੇ ਨਾਲ ਸਰ ਉਹ ਜਾਂਚ ਕਿਉਂ ਨਹੀਂ ਹੋਈ ਕਿੱਥੋਂ ਕਿਤੇ ਕਰ ਪਹੁੰਚੀ ਸਰ ਉਹ ਜਾਂਚ ਉਹਨੇ ਜ਼ਰੂਰ ਸਾਡੇ ਨਗਰ ਨੂੰ ਇੱਕ ਦੇਖੋ ਸਾਡੇ ਨਗਰ ਦੀ ਇੱਕ ਚੁਗਲੀ ਕਰਦੇ ਹੁੰਦੇ ਲੋਕ ਵੀ ਯਾਰ ਵੋਟਾਂ ਤਾਂ ਮੰਗਣ ਆ ਜਾਂਦੇ ਆ ਤੇ ਉਹ ਤੋਂ ਬਾਅਦ ਕੁਛ ਕਰਦੇ ਨੀ ਕਿਉਂਕਿ ਕਲੀਅਰ ਸਰ ਸਾਡਾ ਵੀਰ ਜੀ ਕਰਨਾ ਤੁਹਾਡੇ ਨਾਲ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਸਰ ਸਾਡੇ ਇੱਕ ਇੱਕ ਕਰਕੇ ਉਹਨਾਂ ਦਾ ਜਵਾਬ ਦਿਓ ਪਲੀਜ਼ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਮਾਫ਼ੀ ਮੰਗਦੀ ਹਾਂ ਜੇ ਕਿਸੇ ਨੂੰ ਕੋਈ ਜੱਸੀ ਸਾਹਿਬ ਨੂੰ ਬੇਨਤੀ ਹੈ ਕਿ ਜਿਹੜਾ ਮੋੜ ਬੰਬ ਬਹੁਤ ਹੀ ਸਤਿਕਾਰ ਜੋ ਬਾਈ ਮੇਰੀ ਗੱਲ ਸੁਣੋ ਇੱਕ ਤਾਂ ਆਹ ਬੰਦਿਆਂ ਨੂੰ ਮੇਰੀ ਅੱਜ ਇੱਕ ਮਿੰਟ ਯਾਰ ਤੁਸੀਂ ਪਹਿਲਾਂ ਤਾਂ ਗਲਤ ਕੰਮ ਕੀਤਾ ਹੁਣ ਤੁਸੀਂ ਦੋ ਮਿੰਟ ਅਗਲੀ ਨੂੰ